ਆ ਇੱਧਰ ਦੇਖ ਲਓ ਆਪਣੀ ਟਰਾਲੀ, ਆਪਣੇ ਸਵਰਾਜ ਦੀ ਲੁੱਕ ਚੈੱਕ ਕਰੋ, ਮਿਊਜ਼ਿਕ ਸਿਸਟਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਲਓ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੋਗ ਦੇ ਵਿੱਚ। ਅਤੇ ਵਲੋਗ ਦੀ ਸਟਾਰਟਿੰਗ ਜੀ ਬਸ ਤੁਸੀਂ ਆਹ ਵੇਖ ਲਿਆ ਕਰੋ, ਮਾਡਲ ਪਏ ਹੋਏ ਨੇ ਜੀ ਆਪਣੇ ਕੋਲ, ਠੀਕ ਹੈ। ਅਤੇ ਉਸ ਤੋਂ ਬਾਅਦ ਇੱਧਰ ਦਾ ਸੀਨ ਦੇਖੋ, ਲਾਸਟ ਵਲੋਗ 'ਚ ਜਿੱਦਾਂ ਆਪਾਂ ਟਰਾਲੀ ਪ੍ਰਿੰਟ ਕਰਨੀ ਲਾਤੀ ਸੀ, ਅਤੇ ਆਹ ਦੇਖੋ ਟਰਾਲੀ ਪ੍ਰਿੰਟ ਹੋਣੀ ਵਾਲੀ ਹੈ, ਬਸ ਇੱਕ ਮਿੰਟ ਰਹਿ ਗਿਆ, ਕੰਪਲੀਟ ਹੋ ਜੂਗੀ ਇੱਕ ਮਿੰਟ 'ਚ। ਅਤੇ ਟਰਾਲੀ ਦਾ ਸਾਈਜ਼ ਅਤੇ ਮੈਂ ਆਪਦੇ ਵੱਲੋਂ ਸਹੀ ਬਣਾਇਆ ਹੈ, ਬਾਕੀ ਨਾ ਕੰਪਲੀਟ ਕਰਕੇ ਟਰੈਕਟਰ ਦੇ ਪਿੱਛੇ ਪਾ ਕੇ ਦੇਖਾਂਗੇ ਕਿੱਦਾਂ ਦੀ ਲੁੱਕ ਆਉਂਦੀ ਹੈ ਇਹਦੀ। ਅਤੇ ਉਸ ਦੇ ਨਾਲ ਇੱਧਰ ਇੱਕ ਚੀਜ਼ ਪ੍ਰਿੰਟ ਹੋ ਰਹੀ ਹੈ ਆਪਣੇ ਸਵਰਾਜ ਵਾਸਤੇ, ਕੀ ਚੀਜ਼ ਹੈ ਇਹ ਤੁਹਾਨੂੰ ਪ੍ਰਿੰਟ ਹੋਣ ਤੋਂ ਬਾਅਦ ਹੀ ਪਤਾ ਲੱਗੂਗਾ, ਠੀਕ ਹੈ, ਇੱਦਾਂ ਸਮਝ ਨਹੀਂ ਆਉਣੀ ਤੁਹਾਨੂੰ। ਅਤੇ ਇੱਧਰ ਮੈਂ ਕੰਮ ਸ਼ੁਰੂ ਕੀਤਾ ਹੋਇਆ ਸੀ ਨਵੇਂ ਡਿਜ਼ਾਇਨ 'ਤੇ, ਟਾਇਰਾਂ ਦਾ ਇੱਕ ਨਵਾਂ ਡਿਜ਼ਾਇਨ ਕਰਨ ਦਿਆ ਸੀ ਮੈਂ, ਅਤੇ ਬਸ ਨੈਟਵਰਕ ਵਿੱਚ ਧੋਖਾ ਦੇਣ ਦਿਆ ਜੇ। ਲਓ ਵੀ ਦੇਖਦੇ ਦੇਖਦੇ ਆਪਣੀ ਟਰਾਲੀ ਵੀ ਹੋ ਗਈ ਪ੍ਰਿੰਟ, ਵਲੋਗ ਸ਼ੁਰੂ ਕੀਤਾ ਹੀ ਹੈ ਅਤੇ ਆਪਣੀ ਟਰਾਲੀ ਪ੍ਰਿੰਟ ਹੋ ਗਈ ਹੈ। ਲਓ ਵੀ ਮੁੰਡਿਓ, ਆਹ ਦੇਖੋ ਤੁਸੀਂ, ਕਰੋ ਚੈੱਕ ਕਿਆ ਨੇ ਪਤਾ, ਟਰਾਲੀ ਆ ਜਮਾਂ ਓਕੇ। ਬਾਕੀ ਟਰੈਕਟਰ ਪਿੱਛੇ ਪਾਈ ਕਿੱਦਾਂ ਦੀ ਲੱਗੂਗੀ, ਠੀਕ ਲੱਗੂਗੀ ਯਾਰ, ਨੋਰਮਲੀ ਟਰੈਕਟਰ ਪਿੱਛੇ ਇੱਦਾਂ ਦੀ ਹੀ ਟਰਾਲੀ ਹੁੰਦੀ ਛੋਟੇ ਸਾਈਜ਼ ਦੀ, ਹੁਣ ਇਹਦੇ 'ਚ 32-32 ਫੁੱਟੀਆਂ ਟਰਾਲੀਆਂ ਤਾਂ ਬਣ ਨਹੀਂ ਸਕਦੀਆਂ, ਠੀਕ ਹੈ, ਅਤੇ ਉਹ ਮਹਿੰਗੀਆਂ ਵੀ ਬਹੁਤ ਪੈਣਗੀਆਂ, ਇਸ ਕਰਕੇ ਮੈਂ ਇੱਕ ਵਾਰੀ ਸ਼ੁਰੂਆਤ ਇਹਦੇ ਤੋਂ ਹੀ ਕੀਤੀ ਹੈ। ਬਾਕੀ ਚਲੋ ਦੇਖਦੇ ਹਾਂ ਕੀ ਰਿਸਪੋਂਸ ਆਉਂਦਾ, ਇਹਨੂੰ ਕੰਪਲੀਟ ਰੈਡੀ ਕਰਦੇ ਹਾਂ ਅੱਜ ਪੂਰਾ ਕਰ ਦਾਂਗਾ ਇਹਨੂੰ ਮੈਂ ਤਿਆਰ, ਟਾਇਰ ਸ਼ਾਇਦ ਰਹਿ ਜਾਣ, ਟਾਇਰ ਵੀ ਦੇਖ ਲੈਂਦੇ ਹਾਂ, ਚਲੋ ਪ੍ਰਿੰਟ ਕਰ ਦਾਂਗੇ ਛੇਤੀ ਛੇਤੀ, ਅਤੇ ਕੰਪਲੀਟ ਟਰਾਲੀ ਕਰਕੇ ਰੇਡੀ, ਅਤੇ ਆਪਾਂ ਟਰੈਕਟਰ 'ਤੇ ਪਰਫੋਰਮੈਂਸ ਚੈੱਕ ਕਰਨੀ ਹੈ ਇਹਦੀ, ਵੀ ਜਿਵੇਂ ਮਹਿੰਦਰ ਪਿੱਛੇ ਪਾ ਲਾਂਗੇ ਵੀ ਮਹਿੰਦਰਾ ਕਿਵੇਂ ਖਿੱਚਦਾ ਇਹਨੂੰ ਫੁੱਲ ਭਰ ਕੇ, ਫੁੱਲ ਮਿੱਟੀ 'ਚ ਭਰ ਕੇ, ਠੀਕ ਹੈ, ਐਕਸਪੈਰੀਮੈਂਟ ਆਪਾਂ ਕਰ ਲਾਂਗੇ ਜਮਾਂ ਓਕੇ ਆ। ਮੇਨ ਇਹਦੇ 5 ਪਾਰਟ ਬਣਨਗੇ, 5 ਪਾਰਟ 'ਚ ਅਸੈਂਬਲ ਹੋ ਜੂਗੀ, ਠੀਕ ਹੈ। ਇੱਕ ਤਾਂ ਹੋ ਗਿਆ, ਇੱਕ ਫਰੰਟ 'ਤੇ ਇਹਦੇ ਡਾਲਾ, ਡਾਲਾ ਕਹਿ ਲਓ ਕੁਛ ਵੀ ਕਹਿ ਲਓ, ਫਰੰਟ ਵਾਲੀ ਵੋਲ ਜਿਹੜੀ ਇਹਦੀ 2, ਇੱਕ ਇਹਦੀ ਹੁੱਕ 3, ਅਤੇ ਪਿਛਲਾ ਡਾਲਾ 4, ਅਤੇ ਟਾਇਰ 5, ਵੀ ਰਿਮ ਵੀ ਚਲੋ ਵਿੱਚ ਲਾ ਲਓ ਤੁਸੀਂ 5 ਨਹੀਂ ਤਾਂ 6, 6 ਪਾਰਟ 'ਚ ਪ੍ਰਿੰਟ ਹੋ ਜੂਗੀ। ਪ੍ਰਿੰਟਰ ਸਿਆ ਤੂੰ ਇੱਕ ਵਾਰੀ ਰੈਸਟ ਲੈ, ਅੱਧਾ ਕੁ ਘੰਟਾ ਤੂੰ ਵਾਹਵਾ ਚੱਲਿਆ, ਆ ਕਾਫੀ ਟਾਈਮ ਬਾਅਦ ਹੋਇਆ ਕਿ ਪ੍ਰਿੰਟਰ ਪ੍ਰਿੰਟ ਕਰਦਾ ਕਰਦਾ ਇੰਨੀ ਉੱਚਾਈ ਤੱਕ ਪਹੁੰਚਿਆ ਹੋਵੇ, ਨਹੀਂ ਤਾਂ ਇੰਨੀ ਉੱਚੀ ਚੀਜ਼ ਆਪਾਂ ਜਦੋਂ ਦੇ ਪ੍ਰਿੰਟਰ ਲਿਆਉਂਦੇ ਨੇ ਕਦੇ ਪ੍ਰਿੰਟ ਕੀਤੀ ਨਹੀਂ, ਅਜੇ ਇਸ ਤੋਂ ਵੀ ਉੱਤੇ ਜਾ ਸਕਦਾ, ਵੈਸੇ ਇੰਨਾ ਉੱਤੇ ਜਾ ਸਕਦਾ, ਹੱਦ ਦਿੰਦੀ ਹੈ ਮੇਰੇ ਸਾਹਮਣਾ, ਇਹ ਆ ਹੋ ਗਈ ਹੱਦ ਦਿੰਦੀ, ਚਲੋ ਠੀਕ ਹੈ ਫਿਰ ਵੀ ਓਕੇ ਆ। ਬਾਕੀ ਟਰਾਲੀ ਆਪਾਂ ਇਦੋਂ ਵੀ ਵੱਡੀ ਪ੍ਰਿੰਟ ਕਰ ਸਕਦੇ ਹਾਂ, ਉੱਚਾਈ ਤਾਂ ਭਾਵੇਂ ਜਿੰਨੀ ਮਰਜ਼ੀ ਕਰ ਲਓ। ਚਲੋ ਇਹ ਆਉਣ ਵਾਲੇ ਟਾਈਮ 'ਚ ਐਕਸਪੈਰੀਮੈਂਟ ਕਰਾਂਗੇ। ਬਾਕੀ ਨਾ ਨੈਟਵਰਕ ਦੀ ਨਹੀਂ ਸਮਝ ਆ ਰਹੀ ਕਿ ਕੀ ਹੋ ਰਿਹਾ, ਬਹੁਤ ਔਖਾ ਡਿਜ਼ਾਇਨ ਕੀਤਾ ਸੀ ਮੈਂ, ਇੱਕ ਟਾਇਰ ਫਰੰਟ ਵਾਲਾ, ਅਤੇ ਉਹ ਪਤਾ ਨਹੀਂ ਹੁਣ ਸੇਵ ਹੋਇਆ ਨਹੀਂ ਹੋਇਆ, ਆਹ ਪ੍ਰੋਬਲਮ ਆਉਣ ਦੀ ਜੇ, ਕੱਲ੍ਹ ਵੀ ਇਹਨੇ ਬਹੁਤ ਤੰਗ ਕੀਤਾ। ਅਤੇ ਆਹ ਜਿਹੜੇ ਪ੍ਰਿੰਟਰ 'ਤੇ ਪ੍ਰਿੰਟ ਹੋ ਰਿਹਾ ਆਪਣੇ ਬਲਿਊ 'ਤੇ, ਆਜ ਗਾਰਡ ਪ੍ਰਿੰਟ ਹੋ ਰਿਹਾ ਦੇਖ ਲਓ, ਮਿਊਜ਼ਿਕ ਸਿਸਟਮ ਪ੍ਰਿੰਟ ਹੋ ਰਿਹਾ ਸਵਰਾਜ ਦਾ ਕੰਪਲੀਟ, ਠੀਕ ਹੈ। ਮੈਂ ਇੱਦਾਂ ਦਾ ਇੱਦਾਂ ਹੀ ਪ੍ਰਿੰਟ ਕਰ ਰਿਹਾ ਪੂਰਾ, ਅਤੇ ਇੱਦਾਂ ਹੀ ਬਸ ਚੱਕ ਕੇ ਆਪਾਂ ਮਿਊਜ਼ਿਕ ਸਿਸਟਮ 'ਤੇ ਫਿੱਟ ਕਰ ਦਾਂਗੇ। ਆਹ ਦੇਖੋ ਰਾਤ ਆ ਪ੍ਰਿੰਟ ਕਰਤਾ ਮੈਂ, ਅਤੇ ਇਸ ਵਾਰੀ ਮੈਂ ਆਹ ਸੀਨ ਕੀਤਾ ਕਿ ਯੂ ਪਾਈਪ ਅਤੇ ਮਿਊਜ਼ਿਕ ਸਿਸਟਮ ਇਕੱਠਾ ਹੀ ਪ੍ਰਿੰਟ ਕਰਤਾ ਜੁਆਇੰਟ ਕਰਕੇ, ਕਿਉਂਕਿ ਫਿਕਸ ਤਾਂ ਆਪਾਂ ਕਰਨਾ ਹੀ ਹੁੰਦਾ, ਇਸ ਕਰਕੇ ਮੈਂ ਇਕੱਠਾ ਹੀ ਕਰਤਾ, ਠੀਕ ਹੈ। ਅਤੇ ਫਰੰਟ 'ਤੇ ਵੀ ਆਪਾਂ ਨੂੰ ਜਗ੍ਹਾ ਬਹੁਤ ਮਿਲ ਗਈ ਹੈ ਸਪੀਕਰ ਵਗੈਰਾ ਲਾਉਣ ਵਾਸਤੇ, ਅਤੇ ਉਮੀਦ ਹੈ ਕਿ ਲੁੱਕ ਬਹੁਤ ਵਧੀਆ ਆਊਗੀ। ਬਾਕੀ ਚਲੋ ਸਿਸਟਮ ਜਦੋਂ ਫਿਕਸ ਕਰਾਂਗੇ ਉਦੋਂ ਐਗਜੈਕਟ ਪਤਾ ਲੱਗੂਗਾ ਕੀ ਬਣਦਾ। ਅੱਜ ਮੈਂ ਕੋਸ਼ਿਸ਼ ਕਰਾਂਗਾ ਕਿ ਮਿਊਜ਼ਿਕ ਸਿਸਟਮ ਦੇ ਨਾਲ ਵੀ ਨਾ ਸਵਰਾਜ ਦੀ ਲੁੱਕ ਤੁਹਾਨੂੰ ਵਿਖਾ ਦੇਵਾਂ, ਠੀਕ ਹੈ। ਅਤੇ ਉਸ ਦੇ ਨਾਲ ਨਾਟਕਿਆਰਾਂ 'ਤੇ ਵੀ ਕੰਮ ਕਰਨਾ ਹੈ ਅੱਜ,
ਨੱਟ 11 ਸਿਆਂ, ਚਲੋ ਕਰਦੇ ਹਾਂ ਨੱਟ 11 ਦਾ ਵੀ ਕਰਦੇ ਹਾਂ ਅੱਜ ਹੱਲ, ਟਰਾਲੀ ਦਾ ਵੀ ਕਰਦੇ ਹਾਂ। ਇਸ ਮੈਨੂੰ ਲੱਗਦਾ ਫਿਰ ਅੱਜ ਰਹਿ ਜਾਣਾ, ਕਿਉਂਕਿ ਅੱਜ ਇੱਧਰ ਵੀ ਕੰਮ ਸ਼ੁਰੂ ਹੋਇਆ ਮਟਰਾਂ 'ਤੇ। ਉਮੀਦ ਹੈ ਅੱਜ ਦਾ ਦਿਨ ਲਾਸਟ ਹੋਊਗਾ, ਅੱਜ ਕੰਮ ਨਿਬੜ ਜਾਊਗਾ ਮਟਰਾਂ ਵਾਲਾ ਵੀ ਨਾ। ਬਾਕੀ ਚਲੋ ਦੇਖਦੇ ਹਾਂ ਕੀ ਬਣਦਾ, ਜੋ ਵੀ ਹੋਊਗਾ ਜਿਵੇਂ ਵੀ ਹੋਊਗਾ ਲੱਗ ਜੂ ਪਤਾ ਤੁਹਾਨੂੰ। ਬਾਕੀ ਚਲੋ ਵਲੌਗ ਅਪਲੋਡ ਕਰਨਾ ਲਾਇਆ ਹੋਇਆ, ਅਤੇ ਚਲੋ ਮੈਂ ਉਹਨਾਂ ਚਿਰ ਨਾ ਆਪਣੀ ਟਰਾਲੀ ਦੇ ਜਿਹੜੇ ਦੂਜੇ ਪਾਰਟ ਨੇ ਉਹ ਵੀ ਜੀ ਕੋਡ ਕਰ ਹੀ ਲੈਂਦਾ ਵਾ, ਅਤੇ ਲੱਗਦੇ ਹੱਥੋਂ ਵੀ ਪ੍ਰਿੰਟਰ 'ਤੇ ਲਾ ਹੀ ਦਿੰਦੇ ਹਾਂ। ਸੀਨ ਇੱਦਾਂ ਹੈ ਕਿ ਕੰਮ ਨਾ ਮੌਕੇ 'ਤੇ ਸਾਰਾ ਰੋਲ ਗਦੋਲ ਜਿਹਾ ਹੋਇਆ ਪਿਆ, ਸਮਝੋ ਬਾਹਰ ਹੋਇਆ ਪਿਆ ਸਿਸਟਮ। ਟਰੈਕਟਰ ਸਾਰੇ ਬਣਾ ਕੇ ਦੇਣੇ ਨੇ, ਨਾਟ 11 ਵੀ ਰੈਡੀ ਕਰਨਾ, ਹਜੇ ਸਵਰਾਜ ਦਾ ਵੀ ਔਡਰ ਹੈ, ਅਤੇ ਕੰਮ ਹਜੇ ਕੋਈ ਵੀ ਨਹੀਂ ਹੋਇਆ। ਪ੍ਰਿੰਟਰ ਆਪਣੇ ਕੋਲ ਦੋ ਹੀ ਨੇ ਅਤੇ ਕੰਮ ਕਰਨ ਵਾਲੇ ਕਈ ਨੇ। ਮੌਕੇ 'ਤੇ ਸਲੰਸਰ ਵੀ ਹੈ ਨਹੀਂ ਟਰੈਕਟਰਾਂ ਦੇ, ਨਾਟ 11 ਦੇ ਫਰੰਟ 'ਤੇ ਲਾਈਟਾਂ ਲੱਗਣੀਆਂ ਨੇ ਉਹ ਵੀ ਹਜੇ ਪ੍ਰਿੰਟ ਕਰਨੀਆਂ, ਇਹਦੀ ਹੁੱਡ ਪ੍ਰਿੰਟ ਕਰਨੀ ਹੈ, ਠੀਕ ਹੈ, ਵਾਈਟ ਫਿਲਾਮੈਂਟ ਨਾਲ। ਮੌਕੇ 'ਤੇ ਟਰਾਲੀ ਦੇ ਪਾਰਟ ਪ੍ਰਿੰਟ ਕਰਨੇ ਲਾਏ ਹੋਏ ਨੇ, ਆਹ ਪ੍ਰਿੰਟ ਹੋ ਜਾਂਦੇ ਨੇ ਫਰੰਟ 'ਤੇ ਬੈਕ, ਉਹ ਤੋਂ ਬਾਅਦ ਹੁੱਕ ਪ੍ਰਿੰਟ ਹੋਣੀ ਹੈ ਜੇ ਟਰਾਲੀ ਦੀ, ਅਤੇ ਟਰਾਲੀ ਦਾ ਫਿਰ ਦੇਖਦੇ ਹਾਂ ਇੱਕ ਵਾਰੀ ਕੰਮ ਰੋਕ ਦਾਂਗੇ ਆਪਾਂ, ਅਤੇ ਪਹਿਲਾਂ ਨਾਟ 11 ਦੇ ਜਿਹੜੇ ਪਾਰਟ ਨੇ ਉਹ ਪ੍ਰਿੰਟ ਕਰ ਲੈਂਦੇ ਹਾਂ, ਹੁੱਡ ਵਗੈਰਾ ਅਤੇ ਮਿਊਜ਼ਿਕ ਸਿਸਟਮ ਦੇ। ਹਾਂ ਦੇਖੋ ਸਪੀਕਰ ਜਿਹੜੇ ਨੇ ਉਹ ਪ੍ਰਿੰਟ ਹੋ ਚੁੱਕੇ ਨੇ, ਥੋੜ੍ਹੀ ਸਫਾਈ ਕਰਨ ਵਾਲੀ ਹੈ, ਸਫਾਈ ਕਰਕੇ ਅਤੇ ਫਿੱਟ ਕਰਦੇ ਹਾਂ ਆਪਾਂ। ਪਹਿਲਾਂ ਮੈਂ ਸੋਚਿਆ ਸੀ ਕਿ ਡੈਮੋ ਵਾਲੇ ਟਰੈਕਟਰ 'ਤੇ ਲਾਉਣਾ ਵਾ, ਅਤੇ ਹੁਣ ਮੈਂ ਸੋਚਣ ਦਿਆਂ ਕਿ ਜਿਹੜਾ ਟਰੈਕਟਰ ਆਪਾਂ ਬਣਾਉਣਾ ਹੈ ਸੇਲ ਵਾਸਤੇ ਉਹਦੇ 'ਤੇ ਲਾਈਏ, ਕਿਉਂਕਿ ਮੌਕੇ 'ਤੇ ਟਾਈਮ ਹੈ ਨਹੀਂ ਆ ਇੰਨਾ। ਬਾਕੀ ਚਲੋ ਦੇਖ ਲੈਂਦੇ ਹਾਂ ਜਿਵੇਂ ਵੀ ਹੋਊਗਾ ਜੋ ਵੀ ਹੋਊਗਾ। ਅਤੇ ਮੌਕੇ 'ਤੇ ਆਪਣੇ ਨਵੇਂ ਸਵਰਾਜ ਦੇ ਟਾਇਰ ਪ੍ਰਿੰਟ ਕਰਨੇ ਲਾਏ ਹੋਏ ਨੇ, 3 ਲੈਣਾ ਵਾਲੇ, 4 ਲੈਣਾ ਵਾਲੇ ਸੱਚ, ਆਹ ਨਵੇਂ ਡਿਜ਼ਾਈਨ ਕੀਤੇ ਸੀਗੇ ਰਾਤ, ਠੀਕ ਹੈ। ਹੁਣ ਤੱਕ ਆਪਾਂ 3 ਲੈਣਾ ਵਾਲੇ ਯੂਜ਼ ਕਰਦੇ ਪਏ ਸੀ ਟਾਇਰ ਆ ਜਿਹੜੇ, ਆਹ ਦੇਖੋ, ਠੀਕ ਹੈ। ਅਤੇ ਆਹ ਇੱਕ ਟਰੈਕਟਰ 'ਚ ਮੈਂ ਨਾ 4 ਲੈਣਾ ਵਾਲੇ ਯੂਜ਼ ਕਰਨ ਲੱਗਾ, ਮੈਂ ਕਿਹਾ ਦੇਖਦੇ ਹਾਂ ਲੁੱਕ ਕਿੱਦਾਂ ਦੀ ਹੈ ਟਰੈਕਟਰ ਦੀ। ਅਤੇ ਆਪਾਂ ਨਾ ਟਾਇਰਾਂ 'ਚ ਜ਼ਿਆਦਾ ਆਪਸ਼ਨ ਨਹੀਂ ਰੱਖਣੇ, ਵੀ ਲਿਮਿਟਡ ਜੇ ਹੋਣਗੇ। ਮੌਕੇ 'ਤੇ ਤਾਂ 3 ਹੀ ਆਪਸ਼ਨ ਨੇ, ਆਹ 3 ਲੈਣਾ ਵਾਲਾ, ਅਤੇ ਆਹ ਜਿਹੜਾ ਚੌੜਾ ਟਾਇਰ ਹੁੰਦਾ, ਅਤੇ ਆਹ ਇੱਕ ਹੁਣ 4 ਲੈਣਾ ਵਾਲਾ ਆ ਗਿਆ, ਠੀਕ ਹੈ। 5ਵਾਂ ਟਾਇਰ ਹੋਊਗਾ ਮੋਸਟਰ ਵਾਲਾ, ਠੀਕ ਹੈ, ਮੋਸਟਰ ਵਾਲਾ ਟਾਇਰ। ਮੋਸਟਰ ਵਾਲਾ ਟਾਇਰ ਇੱਥੇ ਪਿਆ ਹੋਊਗਾ, ਤੁਹਾਨੂੰ ਮੈਂ ਵਿਖਾਉਂਦਾ ਵਾਂ, ਇਹਦੇ ਜਾ ਸ਼ਾਇਦ, ਹਾਂ ਆ ਰਿਹਾ, ਇੱਕ ਆਪਸ਼ਨ ਆ ਕਿਹੜਾ ਆ ਗਿਆ, ਇੱਕ ਆ ਗਿਆ ਟਾਇਰ, ਇੱਕ ਆਪਸ਼ਨ ਹੈ ਆਪਣੇ ਕੋਲ, ਠੀਕ ਹੈ। ਆਹ ਵੀ ਟਾਇਰ ਪੈ ਸਕਦੇ ਨੇ ਇਹਨੂੰ, ਮੌਕੇ 'ਤੇ ਸਿਰਫ ਆ 4 ਹੀ ਆਪਸ਼ਨ ਨੇ ਟਾਇਰਾਂ ਦੇ, ਅਤੇ ਇਹ ਚਲੋ ਅੱਗੇ ਆਉਣ ਵਾਲੇ ਟਾਈਮ 'ਚ ਕਰਾਂਗਾ। ਮੌਕੇ 'ਤੇ ਹਜੇ ਆਪਸ਼ਨ ਕੋਈ ਨਹੀਂ ਗੇ, ਮੌਕੇ 'ਤੇ ਤਾਂ ਜਿਹੜਾ ਮੇਰਾ ਮਨ ਕਰਦਾ ਮੈਂ ਉਹ ਟਾਇਰ ਪ੍ਰਿੰਟ ਕਰ ਲੈਣਾ, ਜਿਵੇਂ ਹੁਣ ਐਕਸਪੈਰੀਮੈਂਟ ਲਈ ਆ ਟਾਇਰ ਪ੍ਰਿੰਟ ਕਰਨਾ ਸੀ, ਅਤੇ ਸਵਰਾਜ ਦੇ ਵਿੱਚ ਇਹੀ ਟਾਇਰ ਪਾਉਣੇ ਆਪਾਂ ਜ਼ਿਆਦਾ, ਇਸੇ ਕਰਕੇ ਫਿਰ ਮੈਂ ਇਹ ਟਾਇਰ ਰਾਤ ਡਿਜ਼ਾਈਨ ਕਰਕੇ ਪ੍ਰਿੰਟ ਲਾ ਲਏ ਨੇ, ਇਹ ਪ੍ਰਿੰਟ ਹੋ ਜਾਂਦੇ ਨੇ, ਅਤੇ ਆਹ ਸਵਰਾਜ 'ਤੇ ਕਰਦੇ ਹਾਂ ਕੰਮ ਆਪਾਂ। ਸੀਨ ਮੌਕੇ 'ਤੇ ਕੁਛ ਇੱਦਾਂ ਹੈ ਕਿ ਆਹ ਦੇਖੋ ਤੁਸੀਂ, ਨਾਟ 11 ਦੀ ਜਿਹੜੀ ਹੁੱਡ ਹੈ ਉਹ ਇੱਥੇ ਹੋ ਗਈ ਆ ਪ੍ਰਿੰਟ, ਅਤੇ ਫਿਲਾਮੈਂਟ, ਫਿਲਾਮੈਂਟ ਦਾ ਫਰਕ ਹੁੰਦਾ, ਇਸ ਤੋਂ ਪਹਿਲਾਂ ਕਿ ਜਿਹੜੀ ਉਹ ਹੁੱਡ ਪ੍ਰਿੰਟ ਕੀਤੀ ਸੀ ਨਾ, ਜਿਹੜਾ ਫਿਲਾਮੈਂਟ ਆਪਾਂ ਐਮਾਜ਼ੋਨ ਤੋਂ ਮੰਗਵਾਇਆ ਸੀਗਾ ਉਹਦੀ ਕੁਆਲਿਟੀ ਬਹੁਤ ਘਟੀਆ ਸੀਗੀ, ਪਰ ਆਹ ਦੇਖੋ ਤੁਸੀਂ ਇਹਦੀ ਕੁਆਲਿਟੀ ਨਾ ਐਂ ਬਿਲਕੁਲ ਪਰਫੈਕਟ ਹੈ, ਜਾਂ ਮੌਕੇ ਦੀ ਰਿਪੋਰਟ ਹੈ, ਠੀਕ ਹੈ। ਆਹ ਟਰੈਕਟਰ ਆਪਣਾ ਆਲਮੋਸਟ ਰੇਡੀ ਹੈ, ਬਸ ਫਰੰਟ 'ਤੇ ਲਾਈਟਾਂ ਰਹਿ ਗਈਆਂ ਇਹਦੇ ਲੱਗਣ ਵਾਲੀਆਂ, ਅਤੇ ਸਲੰਸਰ ਰਹਿ ਗਿਆ, ਠੀਕ ਹੈ। ਅਤੇ ਇੱਕ ਜਿਹੜਾ ਸਭ ਨੂੰ ਇੰਪੋਰਟੈਂਟ ਪਾਰਟ ਇਹਦਾ ਰਹਿ ਗਿਆ ਉਹ ਹੈ ਚਾਰਜਰ, ਇਹਦੀ ਬੈਟਰੀ ਦਾ ਜਿਹੜਾ ਚਾਰਜਰ ਹੈ ਨਾ, ਹਜੇ ਛਤਰੀ ਫਿਕਸ ਨਹੀਂ ਕੀਤੀ ਅਜੇ, ਇਹਦੀ ਬੈਟਰੀ ਜਿਹੜਾ ਚਾਰਜਰ ਲੱਗਣਾ ਉਹ ਹੈ ਨਹੀਂ ਗਾ ਮੌਕੇ 'ਤੇ ਆਪਣੇ ਕੋਲ, ਅਤੇ ਉਹਦਾ ਵੀ ਹੱਲ ਲੱਭਣਾ ਹੈ। ਹੱਲ ਆਲਮੋਸਟ ਲੱਭਿਆ ਹੋਇਆ, ਇੱਕ ਜੁਗਾੜ ਆਪਣੇ ਕੋਲ ਆਇਆ ਹੈ, ਐਮਾਜ਼ੋਨ ਤੋਂ ਮੰਗਵਾਇਆ ਸੀ ਮੈਂ, ਅਤੇ ਇਕੱਲਾ ਇਹਦੇ ਨਾਲ ਨਹੀਂ ਸਰਨਾ, ਇਸ ਤੋਂ ਇਲਾਵਾ ਇੱਕ ਦੋ ਹੋਰ ਚੀਜ਼ਾਂ ਚਾਹੀਦੀਆਂ ਨੇ, ਉਹ ਆਪਾਂ ਲੋਕਲ ਮਾਰਕੀਟ 'ਚੋਂ ਲਿਆਵਾਂਗੇ, ਅਤੇ ਉਦੋਂ ਬਾਅਦ ਫਿਰ ਇਹਦਾ ਚਾਰਜਰ ਬਣੂਗਾ, ਠੀਕ ਹੈ। ਯਾਨੀ ਕਿ ਕੱਲ੍ਹ ਤੱਕ ਟਰੈਕਟਰ ਮੈਂ ਰੈਡੀ ਕਰ ਦਾਂਗਾ, ਕੋਸ਼ਿਸ਼ ਇਹੀ ਰਹੂਗੀ ਕਿ ਕੱਲ੍ਹ ਐਲਾਮਾ ਤੋਂ ਸਮਾਨ ਲਿਆ ਕੇ ਇਹਨੂੰ ਕਰ ਦਈਏ ਡਨ।
ਠੀਕ ਹੈ। ਅਤੇ ਬਾਕੀ ਆਪਣੇ ਸਵਰਾਜ 'ਤੇ ਕੰਮ ਸ਼ੁਰੂ ਕੀਤਾ ਹੋਇਆ, ਉਹ ਦੇਖ ਲਓ, ਉਹ ਪ੍ਰਿੰਟਰ 'ਤੇ ਪਾਰਟ ਹੋ ਰਹੇ ਨੇ, ਪ੍ਰਿੰਟ ਪਲੈਟਫੋਰਮ, ਅਤੇ ਇੱਧਰ ਇੱਕ ਸਲੰਸਰ ਪ੍ਰਿੰਟ ਕਰਨ ਲਾਇਆ ਹੋਇਆ। ਲਓ ਵੀ ਮੁੰਡਿਓ, ਆਹ ਦੇਖੋ ਤੁਸੀਂ ਮੌਕੇ 'ਤੇ ਸੀਨ, ਆਪਣੇ ਸਵਰਾਜ ਦੀ ਲੁੱਕ ਚੈੱਕ ਕਰੋ, ਮਿਊਜ਼ਿਕ ਸਿਸਟਮ ਮੜਗਾੜ, ਪਲੈਟਫੋਰਮ ਲੱਗਣ ਤੋਂ ਬਾਅਦ ਇੱਦਾਂ ਦੀ ਲੁੱਕ ਆਊਗੀ, ਅਤੇ ਬਾਕੀ ਇਹ ਤੁਸੀਂ ਫਾਈਨਲ ਲੁੱਕ ਕਹਿ ਸਕਦੇ ਹੋ ਕਿਤੇ ਨਾ ਕਿਤੇ, ਠੀਕ ਹੈ। ਕਿ ਜੇ ਇਹਦੇ 'ਤੇ ਹੁੱਡ ਨਹੀਂ ਲਾਉਂਦੇ ਆਪਾਂ, ਵਿਦਾਊਟ ਹੁੱਡ ਇੱਦਾਂ ਦੀ ਇਹਦੀ ਫਾਈਨਲ ਲੁੱਕ ਆਊਗੀ ਆ ਟਰੇਟਰ ਦੀ। ਫਰੰਟਾਂ ਦੇ ਟਾਇਰ ਨੇ ਜਿਹੜੇ, ਉਹ ਹੋ ਸਕਦਾ ਮੈਂ ਚੇਂਜ ਕਰਾਂ, ਠੀਕ ਹੈ। ਫਰੰਟ 'ਤੇ ਆਪਾਂ ਆਹ ਟਾਇਰ ਪਾਵਾਂਗੇ, ਇਹਨੂੰ 4 ਲੈਣ ਵਾਲੇ, ਅਤੇ ਇਹਦਾ ਵੀਲ ਪ੍ਰਿੰਟ ਕਰਨਾ ਹਜੇ, ਅਤੇ ਮੌਕੇ 'ਤੇ ਨੈੱਟਵਰਕ ਦੇ ਦਿੰਦੇ ਆ ਧੋਖਾ। ਆਹ ਦੇਖੋ ਸਾਈਟ ਨਹੀਂ ਲੋਡ ਆਉਂਦੇ ਜੀ, ਅਤੇ ਇੱਧਰ ਸੈਂਟਰ ਪਿੰਨ ਪ੍ਰਿੰਟ ਕਰਨੀ ਲਾਈ ਹੋਈ ਆ, ਅਤੇ ਨਵਾਂ ਟਰੇਟਰ ਜਿਹੜਾ ਆ ਰਿਹਾ ਆਪਣਾ, ਇਹਦੇ 'ਤੇ ਕੰਮ ਸ਼ੁਰੂ ਕਰਨਾ। ਆਹ ਜਿਹੜਾ ਮਿਊਜ਼ਿਕ ਸਿਸਟਮ ਹੈ, ਇਹ ਮੈਂ ਦੇਖਦਾ ਵਾਂ ਸਵੇਰੇ, ਇੱਕ ਤਾਂ ਦੁਬਾਰੇ ਨਵਾਂ ਇਹਦੇ ਨਾਲ ਦਾ ਹੀ ਹੋਰ ਪ੍ਰਿੰਟ ਕਰਦੇ ਹਾਂ, ਠੀਕ ਹੈ। ਅਤੇ ਜੇ ਸਵੇਰੇ ਟਾਈਮ ਨਾ ਲੱਗਾ ਤਾਂ ਹੋ ਸਕਦਾ ਫਿਰ ਆਪਾਂ ਪੂਰੇ ਦਾ ਪੂਰਾ ਹਿੱਸਾ ਇੱਦਾਂ ਹੀ ਚੱਕ ਕੇ ਇਸ ਟਰੇਟਰ 'ਤੇ ਫਿੱਟ ਕਰ ਦਈਏ, ਠੀਕ ਹੈ। ਇਹਦਾ ਪਲੈਟਫੋਰਮ ਮੈਂ ਇਸ ਹਿਸਾਬ ਨਾਲ ਬਣਾਇਆ ਕਿ ਆਪਾਂ ਸਾਰਾ ਕੁਛ ਇਹਦੇ 'ਤੇ ਇੱਦਾਂ ਫਿਕਸ ਕਰ ਸਕਦੇ ਹਾਂ। ਆਹ ਦੇਖੋ ਹੁਣ ਸਾਰਾ ਕੁਛ ਇਹਦੇ ਨਾਲ ਫਿਕਸ ਹੈ, ਅਤੇ ਡਿਲੀਵਰੀ ਟਾਈਮ ਜੇ ਆਪਾਂ ਨੂੰ ਲੱਗਾ ਕਿ ਯੂ ਪਾਈਪ ਜਿਵੇਂ ਜ਼ਿਆਦਾ ਸਪੇਸ ਕੇ ਰਹਿੰਦੇ ਹੀ ਹੈ, ਟੁੱਟਣ ਦਾ ਡਰ ਹੈ, ਅਤੇ ਇੱਥੇ ਨਟ ਲਾਏ ਨੇ, 2 ਨਟ ਖੋਲੋ, ਯੂ ਪਾਈਪ ਕੱਢੋ, ਮਿਊਜ਼ਿਕ ਸਿਸਟਮ ਵੀ ਨਾਲ ਹੀ ਹੈ, ਉਹਦੇ ਨਾਲ ਨਾ ਫਿਰ ਇਹ ਅੱਡ ਅਤੇ ਨਾਲੇ ਈਜ਼ੀ ਪੈਕ ਹੋ ਜੂਗਾ। ਆਹ ਇੱਕ ਚੀਜ਼ ਇਹਦੇ 'ਚ ਮੈਂ ਕੀਤੀ ਹੈ, ਬਾਕੀ ਚਲੋ ਮੈਂ ਕੋਸ਼ਿਸ਼ ਕਰਦਾ ਕੱਲ੍ਹ ਜਾਂ ਪਰਸੋਂ ਤੱਕ ਤਿਆਰ ਕਰ ਹੀ ਦਾਂ। ਅਤੇ ਮੇਨ ਜਿਹੜਾ ਇਹਦੇ 'ਚ ਹੁਣ ਔਖਾ ਕੰਮ ਰਹਿ ਗਿਆ ਉਹ ਸਟੇਅਰਿੰਗ ਸਿਸਟਮ ਆ, ਗੇਅਰਬੋਕਸ ਵਾਲੀ ਤਾਂ ਜਮ੍ਹਾਂ ਔਖੇ ਰਿਪੋਰਟ ਹੈ, ਬਸ ਸਟੇਅਰਿੰਗ ਸਿਸਟਮ 'ਤੇ ਕੰਮ ਰਹਿੰਦਾ ਕਰਨ ਵਾਲਾ, ਸਟੇਅਰਿੰਗ ਸਿਸਟਮ ਹਜੇ ਬਿਲਕੁਲ ਹੀ ਨਹੀਂ ਸ਼ੁਰੂ ਕੀਤਾ। ਸਟੇਅਰਿੰਗ ਸਿਸਟਮ ਦਾ ਦੇਖਦੇ ਹਾਂ ਕੀ ਸੀਨ ਆ, ਸਟੇਅਰਿੰਗ ਸਿਸਟਮ 'ਤੇ ਸਵੇਰੇ ਕੰਮ ਕਰਾਂਗੇ, ਅੱਜ ਨਹੀਂ, ਮੈਂ ਛੇੜਦਾ ਹੀ ਨਹੀਂ ਅੱਜ ਤਾਂ, ਕਿਉਂਕਿ ਅੱਜ ਕੰਮ ਜਿਹੜੇ ਰਹਿ ਗਏ ਨੇ ਉਹ ਕਰਦੇ ਹਾਂ, ਜਿੱਦਾਂ ਸੈਂਟਰ ਪਿੰਨ ਆਉਂਦੀ ਆ ਪ੍ਰਿੰਟ ਉਹ ਕਰ ਲੈਂਦੇ ਹਾਂ, ਹੋਰ ਜਿਹੜੇ ਜਿਹੜੇ ਪਾਰਟ ਪ੍ਰਿੰਟ ਕਰਨ ਵਾਲੇ ਨੇ ਉਹ ਕਰੀਏ, ਕੱਲ੍ਹ ਫਿਰ ਸਟੇਅਰਿੰਗ ਸਿਸਟਮ 'ਤੇ ਕੰਮ ਕਰਾਂਗੇ ਆਪਾਂ, ਠੀਕ ਹੈ। ਅਤੇ ਹੁਣ ਆਪਾਂ ਇੱਕ ਕਰਨਾ ਆਪਣਾ 6011 ਰੇਡੀ, ਹੁੱਡੇ ਦੀ ਪ੍ਰਿੰਟ ਕਰ ਲਈ ਸੀ ਆਪਾਂ, ਠੀਕ ਹੈ, ਅਤੇ ਇਸ ਤੋਂ ਬਾਅਦ ਫਰੰਟ ਵਾਲੀਆਂ ਲਾਈਟਾਂ ਰਹਿ ਗਈਆਂ ਨੇ। ਆਹ ਸੈਂਟਰ ਪਿੰਨ ਪ੍ਰਿੰਟ ਹੁੰਦੀ ਹੈ, ਉਦੋਂ ਬਾਅਦ ਨਾ ਫਰੰਟ ਵਾਲੀਆਂ ਲਾਈਟਾਂ ਪ੍ਰਿੰਟ ਕਰਦੇ ਇਹਦੀਆਂ, ਅਤੇ ਉੱਤੇ ਲਾ ਕੇ ਇਹਦੇ ਬੋਨਟ ਇਹਦਾ, ਅਤੇ ਇਹਨੂੰ ਕਰੀਏ ਇੱਕ ਸਾਈਡ 'ਤੇ। ਇਹਦਾ ਸਲੰਸਰ ਵੀ ਪ੍ਰਿੰਟ ਕੀਤਾ ਸੀ ਵੈਸੇ ਤਾਂ ਯਾਰ, ਮੈਂ ਕਿੱਥੇ ਗਿਆ ਪਤਾ ਨਹੀਂ, ਕਿੱਥੇ ਹੁਣ ਵਾਚ ਗੁੱਚ ਗਿਆ, ਇੱਥੇ ਕਿਤੇ ਰੱਖਿਆ ਹੋਣਾ, ਚਲੋ ਲੱਭ ਲਾਂਗੇ, ਇੱਥੇ ਕਿਤੇ ਹੋਣਾ ਹੈ। ਅਤੇ ਅੱਜ ਦਾ ਵੀ ਪੂਰਾ ਦਿਨ ਨਾ ਬਸ ਇੱਧਰ ਹੀ ਲੰਘ ਗਿਆ ਡਿਜ਼ਾਇਨ ਕਰਨ 'ਚ, ਕਈ ਪਾਰਟ ਡਿਜ਼ਾਇਨ ਕੀਤੇ ਨੇ, ਕਈ ਪਾਰਟ ਇਹਦੇ ਰੀਡਿਜ਼ਾਈਨ ਕੀਤੇ ਨੇ, ਅਬ ਮਿਊਜ਼ਿਕ ਸਿਸਟਮ ਜਿਹੜਾ ਸਾਰਾ ਬਣਿਆ ਇਹਨੇ ਬਹੁਤ ਟਾਈਮ ਖਾ ਲਿਆ, ਅਤੇ ਬਸ ਆਹ ਚੱਕਰਾਂ 'ਚ ਅੱਜ ਦਾ ਪੂਰਾ ਦਿਨ ਲੰਘ ਗਿਆ। ਮੇਰਾ ਪਲੈਨ ਸੀ ਸ਼ੂਟ ਕਰਨ ਦਾ, ਪਰ ਉਹ ਫਿਰ ਆਪਣੀ ਟਰਾਲੀ ਨਹੀਂ ਸੀ ਅਸੈਂਬਲ ਹੋਈ, ਟਰਾਲੀ ਵੀ ਸਵੇਰੇ ਅਸੈਂਬਲ ਕਰ ਦਿੰਦੇ ਆਪਾਂ, ਠੀਕ ਹੈ, ਸਵੇਰੇ ਟਰਾਲੀ ਵੀ ਰੈਡੀ ਹੋਜੂਗੀ, ਅਤੇ ਸਵੇਰੇ ਫਿਰ ਆਪਾਂ ਵੀਡੀਓ ਸ਼ੂਟ ਕਰਾਂਗੇ ਬਾਹਰ, ਨਾਲੇ ਇਹਨਾਂ ਡੱਬਿਆਂ 'ਚੋਂ ਕੱਢਦੇ ਹਾਂ ਟਰੈਕਟਰ ਆਪਣੇ। ਅਤੇ ਬਸ ਮੇਨ ਸਵਰਾਜ ਹੀ ਸੀਗਾ, ਇੱਕ ਵਾਰੀ ਇੱਕ ਰੇਡੀ ਹੋ ਗਿਆ ਨਾ, ਸਟੇਅਰਿੰਗ ਸਿਸਟਮ ਵੀ ਰੇਡੀ ਹੋ ਗਿਆ, ਅਤੇ ਉਦੋਂ ਬਾਅਦ ਸਵਰਾਜ ਦੇ ਜਿੰਨੇ ਵੀ ਔਡਰ ਆਏ ਹੋਏ ਨੇ ਨਾ ਉਹ ਸਾਰੇ ਚੱਕ ਲੈਣੇ ਆਪਾਂ, ਠੀਕ ਹੈ। ਅਤੇ 9-11 ਦੇ ਵੀ ਔਡਰ ਨੇ ਜਿਹੜੇ, ਫਿਰ ਉਹ ਵੀ ਪੂਰੇ ਕਰਾਂਗੇ, ਆਹ ਨੇ ਪਲੈਨ, ਬਾਕੀ ਚਲੋ ਦੇਖਦੇ ਹਾਂ। ਅਤੇ ਬਾਕੀ ਚਲੋ ਇੱਧਰ ਤਾਂ ਕੰਮ ਇੱਕ ਵਾਰੀ ਬ੍ਰੇਕਾਂ 'ਤੇ ਹੀ ਚੱਲਣ ਦਿਆ ਹੈ, ਕੋਈ ਚੱਕਰ ਨਹੀਂ, ਇਹਨੂੰ ਤਾਂ ਆਰਾਮ ਨਾਲ ਰੀਝ ਨਾਲ ਤਿਆਰ ਕਰ ਲਾਂਗੇ, ਕੋਈ ਇਸ਼ੂ ਨਹੀਂਗਾ। ਜੋਨੀਅਰ ਵੀ ਹਜੇ ਬ੍ਰੇਕਾਂ 'ਤੇ ਹੀ ਹੈ, ਕੋਈ ਨਹੀਂ, ਤੂੰ ਵੀ ਲੈ ਰੈਸਟ ਜਿੰਨਾ ਚਿਰ ਲੈਣਾ, ਛੇਤੀ ਆਉਂਦਾ ਤੁਹਾਡਾ ਵੀ ਨੰਬਰ। ਬਾਕੀ ਜਿਹੜਾ ਟਰੈਕਟਰ ਆਪਾਂ ਦੂਜਾ ਬਣਾਉਣਾ ਨਾ ਇਸ ਕੈਟੇਗਰੀ 'ਚ, 9-11 ਦੀ ਕੈਟੇਗਰੀ ਜਿਹੜਾ ਟਰੈਕਟਰ ਬਣਨਾ ਹੈ, ਉਹ ਟਰੈਕਟਰ ਵਾਲਾ ਸਿਰ ਆਊਗਾ, ਜਿੱਥੋਂ ਤੱਕ ਮੇਰਾ ਆਈਡੀਆ। ਉਹ ਟਰੈਕਟਰ ਦੀ ਲੁੱਕ ਵੀ ਇਹਦੇ ਨਾਲ ਬਹੁਤ ਜ਼ਿਆਦਾ ਡਿਫਰੈਂਟ ਹੋਊਗੀ, ਅਤੇ ਓਵਰਆਲ ਉਹ ਟਰੈਕਟਰ ਬਹੁਤ ਸਹੀ ਹੋਊਗਾ। ਟਰੈਕਟਰ 'ਤੇ ਵੀ ਸਹੀ ਹੈ ਪ੍ਰਾਈਜ਼ ਰੇਂਜ ਦੇ ਹਿਸਾਬ ਨਾਲ, ਪਰ ਉਹ ਟਰੈਕਟਰ ਦੇ ਵਿੱਚ ਨਾ ਕਾਫੀ ਕੁਛ ਜਿਹੜਾ ਉਹ ਆਪਾਂ ਚੇਂਜ ਕਰਾਂਗੇ, ਪੇਂਟ ਵਗੈਰਾ ਵੀ ਨਾ ਉਹਦੇ 'ਚ ਹੋਊਗਾ,
ਕਿਉਂਕਿ ਇਹਦੇ ਵਿੱਚ ਮੈਂ ਪੇਂਟ ਨਹੀਂ ਛੇੜਨ ਦਿਆ, ਓਰੀਜਨਲ ਪੇਂਟ ਜਿਹੜਾ ਮਾਡਲ ਦਾ ਉਹੀ ਰੱਖਿਆ ਹੋਇਆ, ਪਰ ਉਹ ਜਿਹੜਾ ਟਰੈਕਟਰ ਰੈਡੀ ਹੋਣਾ ਉਹਦੇ ਵਿੱਚ ਸਭ ਕੁਝ ਹੋਊਗਾ, ਇਕੱਲੀ ਇਕੱਲੀ ਚੀਜ਼ ਓਰੀਜਨਲ ਕਰਾਂਗੇ ਆਪਾਂ, ਠੀਕ ਹੈ। ਉਹਦੇ 'ਤੇ ਕੰਮ ਮੈਂ ਹਜੇ ਨਹੀਂ ਸ਼ੁਰੂ ਕਰਦਾ, ਉਹਦੇ 'ਤੇ ਕੰਮ ਮੈਂ ਸ਼ੁਰੂ ਕਰਾਂਗਾ ਇਹਦੇ 5 ਪੀਸ ਤਿਆਰ ਕਰਨ ਤੋਂ ਬਾਅਦ, 5 ਸਵਰਾਜ ਤਿਆਰ ਹੋ ਗਏ ਨਾ, ਉਦੋਂ ਬਾਅਦ ਫਿਰ ਉਹਦੇ 'ਤੇ ਕੰਮ ਸ਼ੁਰੂ ਕਰਾਂਗੇ। 2000 years later ਵਲੋਗ ਵੀ ਮੁੰਡਿਓ ਸੀਨ ਕੁਛ ਇੱਦਾਂ ਹੈ ਕਿ ਮੈਂ ਵਲੋਗ ਕੰਟੀਨਿਊ ਕਰਨੇ ਆ ਨੈਕਸਟ ਡੇ। ਮੌਕੇ 'ਤੇ ਸੀਨ ਇੱਦਾਂ ਹੈ ਕਿ ਆਹ ਦੇਖੋ ਟਾਇਰ ਰਿਮ ਰੈਡੀ ਹੋ ਚੁੱਕੇ ਨੇ ਆਪਣੇ ਨਵੇਂ ਸਵਰਾਜ ਦੇ, ਠੀਕ ਹੈ, ਜਿਹੜਾ ਫਸਟ ਆਪਾਂ ਸੇਲ ਵਾਸਤੇ ਬਣਾਉਣਾ ਆਹ ਖੜਾ, ਅਤੇ ਉਸ ਦੇ ਨਾਲ ਹੀ ਇਹਦੇ ਜਿਹੜੇ ਹੋਰ ਪਾਰਟ ਨੇ ਜਿੱਦਾਂ ਕਿ ਯੂ ਪਾਈਪ ਮਿਊਜ਼ਿਕ ਸਿਸਟਮ, ਠੀਕ ਹੈ, ਉਹ ਵੀ ਮੈਂ ਇੱਥੇ ਪ੍ਰਿੰਟ ਕਰਨ ਨਾਲ ਲਾਤਾ ਹੈ, ਥੋੜ੍ਹੀਆਂ ਕਮੀਆਂ ਸੀ ਉਹ ਸਾਰੀਆਂ ਸੁਧਾਰ ਕਰਕੇ ਅਤੇ ਇੱਥੇ ਚੱਲਣ ਦਿਆ ਕੰਮ, ਠੀਕ ਹੈ। ਅਤੇ ਉਸ ਦੇ ਨਾਲ ਜਿਹੜਾ ਆਪਣਾ ਨਾਟ ਗਿਆਰ ਹੈ ਆਲਮੋਸਟ ਰੈਡੀ ਹੈ, ਬਸ ਬੋਨਟ ਦੀ ਫਿਟਿੰਗ ਕਰਨੀ ਹੈ, ਠੀਕ ਹੈ, ਅਤੇ ਸਟਿੱਕਰ ਬਣਵਾਉਣੇ ਨੇ ਇਹਦੇ। ਉਹ ਤਾਂ ਚਲੋ ਕੋਈ ਨਹੀਂ, ਉਹ ਤਾਂ ਜ਼ਿਆਦਾ ਕੋਈ ਟਾਈਮ ਨਹੀਂ ਲੱਗਣਾ, 5-10 ਮਿੰਟ ਦਾ ਕੰਮ ਹੈ, ਸਟਿੱਕਰ ਆਪਾਂ ਬਣਵਾ ਲਾਂਗੇ ਅਤੇ ਸ਼ੋਅ ਦੀ ਪਰਮਾਨੈਂਟ ਫਿਟਿੰਗ ਕਰ ਦਾਂਗੇ ਫਿਰ, ਠੀਕ ਹੈ। ਸਲੰਸਰ ਇੱਕ ਰਹਿ ਗਿਆ, ਉਹਦੇ ਵਾਸਤੇ ਬੈਂਡਿੰਗ ਦਾ ਪ੍ਰਿੰਟ ਕਰਨਾ ਪੈਣਾ, ਸਲੰਸਰ 'ਤੇ ਪ੍ਰਿੰਟ ਕਰ ਲਿਆ ਸੀ ਮੈਂ, ਬਸ ਬੈਂਡ ਰਹਿ ਗਿਆ, ਅਤੇ ਬਾਕੀ ਛੱਤਰੀ ਵੀ ਪ੍ਰਿੰਟ ਹੋ ਗਈ ਹੈ। ਆਲਮੋਸਟ ਟਰੈਕਟਰ ਆਪਣਾ ਰੈਡੀ ਹੈ, ਬਸ ਇਹਦੇ ਚਾਰਜਰ ਦਾ ਹੱਲ ਕਰਨਾ। ਆਹ ਇੱਧਰ ਦੇਖ ਲਓ ਆਪਣੀ ਟਰਾਲੀ, ਠੀਕ ਹੈ, ਆਹ ਦੇ ਟਾਇਰ ਮਾਉਣ ਜੀ ਰੱਖੇ ਹੋਏ ਨੇ ਇਹਨੂੰ, ਅਤੇ ਅਸਲ ਜਿਹਦੇ ਜਿਹੜੇ ਟਾਇਰ ਨੇ ਉਹ ਮੈਂ ਪ੍ਰਿੰਟ ਕਰਨੇ ਲਾਏ ਹੋਏ ਨੇ, ਟਾਇਰ ਪ੍ਰਿੰਟ ਹੋ ਜਾਂਦੇ ਨੇ, ਉਦੋਂ ਬਾਅਦ ਨੈਕਸਟ ਵਲੋਗ 'ਚ ਤੁਹਾਨੂੰ ਇਹਦੀ ਫਾਈਨਲ ਲੁੱਕ ਵੇਖਣ ਨੂੰ ਮਿਲੂਗੀ। ਬਾਕੀ ਠੀਕ ਹੈ ਜਿੱਥੋਂ ਤਾਂ ਮੈਨੂੰ ਲੱਗਣ ਦੇ ਨਾ, ਟਰਾਲੀ ਓਕੇ ਆ, ਜਿਹੜੀਆਂ ਜਿਹੜੀਆਂ ਕਮੀਆਂ ਮੈਨੂੰ ਲੱਗਣ ਦੀਆਂ ਨੇ ਉਹ ਮੈਂ ਸੁਧਾਰ ਕਰ ਲਾਂਗਾ, ਅਤੇ ਤੁਹਾਨੂੰ ਜੇ ਕੋਈ ਕਮੀ ਲੱਗਣ ਦੀ ਹੈ ਟਰਾਲੀ 'ਚ ਤਾਂ ਉਹ ਵੀ ਕਮੈਂਟ ਕਰਿਓ, ਵਿੱਡ ਨੂੰ ਛੱਡ ਕੇ ਇਹ ਨਾ ਕਮੈਂਟ ਕਰਿਓ ਵੀ ਵਿੱਡ ਕੋਈ ਨਹੀਂ, ਵਿੱਡ ਲਾਓ, ਬਿਨਾਂ ਵਿੱਡ ਤੋਂ ਜੇ ਕੋਈ ਕਮੀ ਹੈਗੀ ਆ। ਹਾਂ ਲਿਫਟ ਵਾਲੀ ਹੈ ਨਹੀਂ ਹੈ ਟਰਾਲੀ, ਪਰ ਨੈਕਸਟ ਮੈਂ ਸੋਚਣ ਦਿਆਂ ਇਸ ਤੋਂ ਬਾਅਦ ਜਿਹੜੀ ਡਿਜ਼ਾਇਨ 'ਚ ਸੁਧਾਰ ਕਰਨੇ ਆ ਨਾ, ਉਹਦੇ ਵਿੱਚ ਇੱਕ ਟਰਾਲੀ ਜਿਹੜੀ ਉਹ ਲਿਫਟ ਵਾਲੀ ਵੀ ਕੱਢੀਏ, ਠੀਕ ਹੈ। ਪੰਪ ਨਹੀਂ ਲੱਗਾ ਹੋਊਗਾ, ਪਰ ਨੋਰਮਲ ਬੋਡੀ ਇੱਦਾਂ ਉੱਤੇ ਥੱਲੇ ਹੁੰਦੀ ਹੋਊਗੀ ਜਿਵੇਂ ਆਹ ਟਰਾਲੀ ਦੀ ਹੁੰਦੀ ਹੈ, ਠੀਕ ਹੈ, ਇਸ ਤਰੀਕੇ ਦੇ ਨਾਲ। ਬਾਕੀ ਓਵਰਆਲ ਤਾਂ ਠੀਕ ਲੱਗਣ ਦੀ ਮੈਨੂੰ ਵੇਖਣ 'ਚ ਟਰਾਲੀ, ਪ੍ਰਿੰਟ ਵੀ ਇੱਕ ਦਿਨ 'ਚ ਹੋ ਜਾਂਦੀ ਆ, ਵੀ ਜੇ ਮੈਂ ਪ੍ਰੋਪਰ ਸੇਲ ਵਾਸਤੇ ਤਿਆਰ ਕਰਦਾ ਟਰਾਲੀ ਤਾਂ ਇੱਕ ਦਿਨ 'ਚ ਇੱਕ ਟਰਾਲੀ ਹੀ ਪ੍ਰਿੰਟ ਹੋ ਸਕਦੀ ਹੈ। ਚਲੋ ਕੋਈ ਨਹੀਂ, ਦੇਖ ਲਾਂਗੇ ਅੱਗੇ ਆਪਾਂ, ਪੇਂਟ ਵਗੈਰਾ ਦਾ ਵੀ ਦੇਖਦੇ ਹਾਂ ਕੀ ਸੀਨ ਹੈ, ਜੇ ਤਾਂ ਸਭ ਕੁਝ ਸਹੀ ਰਿਹਾ ਓਡਰ ਠੀਕ ਠਾਕ ਆ ਗਏ ਤਾਂ ਫਿਰ ਆਪਾਂ ਫਿਲਾਮੈਂਟ ਹੀ ਸੇਮ ਉਸ ਪੇਂਟ ਦਾ ਮੰਗਾ ਲਾਂਗੇ ਆਪਾਂ, ਠੀਕ ਹੈ। ਇੱਥੇ ਆਹ ਮੈਂ ਤੁਹਾਨੂੰ ਸੈਂਪਲ ਵਿਖਾਉਂਦਾ ਵਾਂ, ਆਹ ਜਦੋਂ ਫਿਲਾਮੈਂਟ ਆਇਆ ਸੀ ਨਾ ਆਪਣਾ, ਉਦੋਂ ਨਾਲ ਉਹਨੇ ਸੈਂਪਲ ਵੀ ਭੇਜੇ ਸੀਗੇ, 2-3 ਤਰ੍ਹਾਂ ਦੇ ਹੁਣ ਫਿਲਾਮੈਂਟ ਆ ਗਏ ਨੇ। ਅੱਗੇ ਤਾਂ ਨੋਰਮਲੀ ਇੱਕ PLA ਹੀ ਹੁੰਦਾ ਸੀਗਾ, ਠੀਕ ਹੈ, ਹੁਣ ਆਹ ਦੇਖੋ PLA+ ਆ ਗਿਆ, ਆਹ ਸਿੰਪਲ PLA ਆ, ਇੱਕ ਇਹਦੇ 'ਚ ਪ੍ਰੋ ਵੀ ਆਉਂਦਾ, ਆਹ ਦੇਖੋ PLA Pro। ਇਹਨਾਂ ਸਾਰਿਆਂ ਫਿਲਾਮੈਂਟਾਂ ਦਾ ਨਾ 50-50, 100-100 ਰੁਪਏ ਦਾ ਫਰਕ ਹੈ, ਵੀ ਪ੍ਰਾਈਜ਼ ਅੱਪ ਹੀ ਹੈ, ਸਿੰਪਲ ਉਸ ਤੋਂ ਉੱਤੇ ਪਲੱਸ, ਉਸ ਤੋਂ ਉੱਤੇ ਪ੍ਰੋ ਹੈ। ਅਤੇ ਸੈਂਪਲ ਇੱਥੇ ਆਪਣੇ ਕੋਲ ਹੈਗੇ ਨੇ, ਆਹ ਦੇਖੋ ਵੀ ਜਿੱਦਾਂ ਹਰਾ ਫਿਲਾਮੈਂਟ ਹੈਗਾ, ਯੈਲੋ ਫਿਲਾਮੈਂਟ ਵੀ ਹੈਗਾ, ਇੱਧਰ ਔਰੇਂਜ ਹੈਗਾ, ਰੈੱਡ ਤਾਂ ਨਹੀਂ ਗਾ ਇਹਦੇ ਵਿੱਚ, ਸੈਂਪਲ 'ਚ ਰੈੱਡ ਹੈ ਨਹੀਂ, ਬਾਕੀ ਉਸ ਦਾ ਰੈੱਡ ਫਿਲਾਮੈਂਟ ਹੋਵੇ ਅਤੇ ਆਪਾਂ ਫਿਰ ਫਿਲਾਮੈਂਟ ਹੀ ਮੰਗਾ ਲਾਂਗੇ, ਠੀਕ ਹੈ, ਡਾਇਰੈਕਟ ਫਿਲਾਮੈਂਟ ਨਾਲ ਹੀ ਪ੍ਰਿੰਟ ਕਰ ਲਾਂਗੇ ਟਰਾਲੀ, ਪੇਂਟ ਨਹੀਂ ਕਰਨੀ ਪਊਗੀ ਫਿਰ ਆਪਾਂ ਨੂੰ, ਇੱਥੇ ਆਪਣਾ ਟਾਈਮ ਬਚ ਸਕਦਾ। ਬਾਕੀ ਚਲੋ ਅੱਗੇ ਦੀਆਂ ਗੱਲਾਂ ਨੇ, ਗਾਂ ਦੇਖਾਂਗੇ, ਮੌਕੇ 'ਤੇ ਇੱਕ ਵਾਰੀ ਰੈਡੀ ਕਰੀਏ 4-5 ਪੀਸ, ਅਤੇ ਸੇਲ ਦੇ ਹਿਸਾਬ ਨਾਲ ਫਿਰ ਅੱਗੇ ਦੇਖ ਲਾਂਗੇ ਵੀ ਹੋਰ ਤਿਆਰ ਕਰਨੀ ਹੈ ਨਹੀਂ ਕਰਨੀ ਹੈ, ਕਿਉਂਕਿ 1-2 ਪੀਸ ਮੈਂ ਤਾਂ ਰੈਡੀ ਕਰਨੇ ਹੀ ਸੀਗੇ ਟਰਾਲੀਆਂ ਦੇ, ਠੀਕ ਹੈ, ਸੇਲ ਨਾ ਵੀ ਹੋਣੀ ਆ, ਮੈਨੂੰ ਤਾਂ ਚਾਹੀਦੀਆਂ ਨੇ, ਇਹਨਾਂ ਟਰੈਕਟਰਾਂ ਦੇ ਮੈਂ ਟੈਸਟਿੰਗ ਕਰਨੀ ਹੈ, ਇਹਦੇ ਪਿੱਛੇ ਹੁੱਕ ਵੀ ਬਣਾਵਾਂਗਾ, ਅਤੇ ਆਉਣ ਵਾਲੇ ਟਾਈਮ 'ਚ ਆਪਾਂ 2-2 ਟਰਾਲੀਆਂ ਵੀ ਖਿਚਾਵਾਂਗੇ ਇਹਨਾਂ ਟਰੈਕਟਰਾਂ ਤੋਂ, ਇਸ ਕਰਕੇ ਟਰਾਲੀਆਂ ਦੇ ਆਪਾਂ ਨੂੰ ਚਾਹੀਦੀਆਂ ਨੇ, ਨਾ ਵੀ ਸੇਲ ਹੋਣੀਆਂ ਅਤੇ ਆਪਣੇ ਕੋਲ ਹੈਗੀਆਂ, ਆਪਣੇ ਕੋਲ ਪਈਆਂ ਨੇ, ਯੂਜ਼ ਕਰ ਲਾਂਗੇ ਆਪਾਂ। ਅਤੇ ਨੈਕਸਟ ਵਲੋਗ 'ਚ ਜਿਹੜਾ ਕਿ ਅੱਜ ਹੀ ਸ਼ੁਰੂ ਕਰਾਂਗਾ ਮੈਂ, ਉਹਦੇ ਵਿੱਚ ਨਾ ਆਪਾਂ ਸਾਰੇ ਟਰੈਕਟਰ ਕੱਢਦੇ ਨੇ ਡੱਬਿਆਂ 'ਚੋਂ ਬਾਹਰ, ਕਿਉਂਕਿ ਆਪਾਂ ਪੈਕ ਕਰ ਕਰਕੇ ਤਾਂ ਰੱਖਣੇ ਨਹੀਂ ਗੇ, ਮਾਡਲ ਤਾਂ ਆਪਾਂ ਨੂੰ ਚਾਹੀਦੇ ਹੀ ਨੇ,
ਕਿਉਂਕਿ ਅੱਗੇ ਸਾਰੇ ਟਰੈਕਟਰ ਸੇਲ ਵਾਸਤੇ ਰੈਡੀ ਕਰਨੇ ਹੀ ਨੇ ਰਿਮੋਟ ਕੰਟਰੋਲ, ਇਸ ਕਰਕੇ ਅੱਜ ਇਹਦਾ ਵੀ ਕੰਮ ਨਿਬੇੜ ਦਿੰਦੇ ਹਾਂ, ਸਾਰੇ ਡੱਬੇ ਬਾਹਰ ਲਿਜਾ ਕੇ ਨਾਲੇ ਅਨਬੋਕਸਿੰਗ ਕਰ ਦਿੰਦੇ ਹਾਂ, ਨਾਲੇ ਸਾਰੇ ਟਰੈਕਟਰ ਇਕੱਠੇ ਹੋ ਜਾਣਗੇ, ਇੱਕ ਦੋ ਵੀਡੀਓ ਸ਼ੂਟ ਕਰ ਲਾਂਗੇ, ਫੋਟੋਆਂ ਖਿੱਚ ਲਾਂਗੇ, ਉਹ ਕੰਮ ਫਿਰ ਨੈਕਸਟ ਵਲੋਗ 'ਚ ਆਪਾਂ ਕਰਦੇ ਹਾਂ। ਫਿਲਹਾਲ ਆਹ ਜਿਹੜਾ ਵਲੋਗ ਆ ਇਹ ਆਪਾਂ ਕਰਦੇ ਹਾਂ ਇੱਥੇ ਐਂਡ, ਅਤੇ ਵਲੋਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ, ਜਿਹੜੇ ਵੀ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ, ਬਾਕੀ ਕਮੈਂਟ ਬਹੁਤ ਜ਼ਿਆਦਾ ਆਉਂਦੇ ਸੀ ਕਿ ਇਹਨਾਂ ਟਰੈਕਟਰਾਂ ਦੇ ਵਿੱਚ ਗੇਅਰਬੋਕਸ ਕਿਹੜਾ ਯੂਜ਼ ਕਰਦੇ ਹੋ ਉਹ ਦੱਸੋ, ਅਤੇ ਆਉਣ ਵਾਲੇ ਟਾਈਮ 'ਚ ਮੈਂ ਸੋਚਣ ਦਿਆਂ ਉਹਦੀ ਵੀਡੀਓ ਬਣਾਉਣ ਦੀ, ਪਰ ਉਹਨੂੰ ਹਜੇ ਟਾਈਮ ਲੱਗ ਜੂਗਾ। ਵੈਸੇ ਗੇਅਰਬੋਕਸ ਮੈਂ ਪਹਿਲਾਂ ਵੀ ਵਿਖਾਇਆ ਹੋਇਆ, ਬਾਕੀ ਦੁਬਾਰਾ ਵਿਖਾ ਦੇਣਾ, ਆਹ ਦੇਖ ਲਓ ਆਹ ਮੋਟਰ ਹੈ, ਇਹਦੇ ਵਿੱਚੋਂ ਗੇਅਰ ਯੂਜ਼ ਕਰਦਾ ਮੈਂ, ਠੀਕ ਹੈ, ਆਹ ਮੋਟਰ 'ਚ ਆਪਾਂ ਗੇਅਰ ਯੂਜ਼ ਕਰੀ ਦੇਣੇ, ਜਿਹੜੇ ਗੇਅਰ ਆਪਾਂ ਆਪਣੇ ਇਹਨਾਂ ਟਰੈਕਟਰਾਂ 'ਚ ਯੂਜ਼ ਕਰਦੇ ਹਾਂ ਸੇਮ ਉਹ ਹੀ ਗੇਅਰ ਨੇ, ਠੀਕ ਹੈ, ਉਹਨਾਂ ਗੇਅਰਾਂ ਨਾਲ ਹੀ ਪ੍ਰੋਪਰ ਗੇਅਰਬੋਕਸ ਸਾਰਾ ਬਣਦਾ ਹੈ। ਅਤੇ ਬਸ ਆਹ ਇੱਕ ਕਲੀਅਰ ਕਰਨੀ ਸੀ, ਕਮੈਂਟ ਆਉਂਦਾ ਸੀਗੇ, ਠੀਕ ਹੈ, ਆਹ ਜੇ ਮੇਨ ਇਹਦਾ ਗੇਅਰਬੋਕਸ। ਚਲੋ ਫਿਰ ਮਿਲਦੇ ਹਾਂ ਸਵੇਰੇ ਨੈਕਸਟ ਵਲੋਗ 'ਚ, ਬਾਕੀ ਟਰੈਕਟਰ ਦੀ ਲੁੱਕ ਦੱਸਿਓ ਕਿੱਦਾਂ ਦੀ ਆ ਰਹੀ ਹੈ, ਇਹਨਾਂ ਟਾਇਰਾਂ 'ਚ ਮੇਰੇ ਹਿਸਾਬ ਨਾਲ ਹੋਰ ਵੀ ਸੋਹਣੀ ਆਊਗੀ ਲੋਕਾਂ ਦੀ, ਬਾਕੀ ਚਲੋ ਪਤਾ ਲੱਗ ਜੂ ਅੱਗੇ। ਮਿਲਦੇ ਹਾਂ ਫਿਰ, ਓਕੇ ਬਾਏ, ਟਾਟਾ।